ਨਹੀਂ ਫਿਲਮ ਨੂੰ ਸਿਨੇਮੇ ਦੇ ਅੰਦਰ ਲੱਗਿਆ ਹੋਇਆ ਹੋ ਗਏ ਨੇ ਪੂਰੇ 22 ਦਿਨ ਤੇ 21 ਦਿਨ ਦਾ ਜਿਹੜਾ ਬਾਕਸ ਆਫਿਸ ਕਲੈਕਸ਼ਨ ਫਿਲਮ ਨੇ ਇਕੱਠਾ ਕੀਤਾ ਉਸ ਦੇ ਬਾਰੇ ਤੁਹਾਨੂੰ ਰਿਪੋਰਟ ਦਾਂਗਾ ਔਰ ਤੁਹਾਨੂੰ ਦੱਸਾਂਗਾ ਕਿਹੜੇ ਕਿਹੜੇ ਮੁਲਕ ਦੇ ਵਿੱਚ ਇਹ ਫਿਲਮ ਹੁਣ ਰਿਲੀਜ਼ ਹੁੰਦੀ ਜਾ ਰਹੀ ਹੈ ਤੇ ਚਲੋ ਵੀਡੀਓ ਸਟਾਰਟ ਕਰਨੇ ਆ ਕਿਉਂਕਿ ਫਿਰ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਤੁਹਾਨੂੰ ਦੱਸਾਂ ਕਿ ਇਸ ਫਿਲਮ ਨੇ ਆਪਣੇ ਇੰਡੀਆ ਦੇ ਵਿੱਚੋਂ 21 ਦਿਨਾਂ ਦੇ ਅੰਦਰ 28.40 ਕਰੋੜ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕਰ ਲਿਆ ਇਹ ਤੁਹਾਨੂੰ ਮੈਂ ਗ੍ਰਾਸ ਕਲੈਕਸ਼ਨ ਦੱਸ ਰਿਹਾ ਨੈਟ ਕਲੈਕਸ਼ਨ ਨਹੀਂ ਦੱਸ ਰਿਹਾ ਟੋਟਲ ਜਿਹੜਾ ਇਹਨੇ ਕੀਤਾ ਇੰਡੀਆ ਦੇ ਵਿੱਚੋਂ ਉਹ ਦੱਸ ਰਿਹਾ ਤੇ ਅਗਰ ਓਵਰਸੀਜ਼ ਦੀ ਮੈਂ ਗੱਲ ਕਰਾਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚੋਂ ਇੰਟਰਨੈਸ਼ਨਲ ਸਿਨੇਮਿਆਂ ਦੇ ਵਿੱਚੋਂ ਇਸ ਫਿਲਮ ਨੇ 21 ਦਿਨਾਂ ਦੇ ਅੰਦਰ 42.60 ਕਰੋੜ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕਰ ਲਿਆ ਅਗਰ ਟੋਟਲ ਇਸ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕਰੀਏ ਇੰਟਰਨੈਸ਼ਨਲ ਮਾਰਕੀਟ ਦਾ 42.60 ਕਰੋੜ ਤੇ ਇੰਡੀਆ ਦਾ 28.40 ਕਰੋੜ ਰੁਪਈਆ ਤੇ ਟੋਟਲ ਜਿਹੜਾ ਬਾਕਸ ਆਫਿਸ ਕਲੈਕਸ਼ਨ ਹੁਣ ਤੱਕ ਇਸ ਫਿਲਮ ਨੇ ਕੀਤਾ ਉਹ ਕੀਤਾ 72 ਕਰੋੜ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਹ ਫਿਲਮ ਇਕੱਠਾ ਕਰ ਗਈ ਆਪਣੇ 21 ਦਿਨਾਂ ਦੇ ਅੰਦਰ ਤੇ 22 ਦਿਨ ਹਲੇ ਵੀ ਇਹ ਫਿਲਮ ਚੱਲ ਰਹੀ ਹੈ ਔਰ ਅੱਛਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕਰ ਰਹੀ ਹੈ ਇਸ ਫਿਲਮ ਦਾ ਜਿਹੜਾ ਬਜਟ ਹੈ ਉਹ ਹੈ ਲਗਭਗ 18 ਕਰੋੜ ਰੁਪਈਆ ਤੇ ਉਸ ਨੂੰ ਦੇਖਦੇ ਹੋਇਆ ਇਹ ਜਿਹੜੀ ਫਿਲਮ ਹੈ ਹੋ ਗਈ ਹੈ ਬਲਾਕਬਾਸਟਰ ਕਿਉਂਕਿ ਇਸ ਨੂੰ ਬਲਾਕਬਾਸਟਰ ਹੋਣ ਲਈ 72 ਕਰੋੜ ਰੁਪਏ ਦਾ ਹੀ ਬਾਕਸ ਆਫਿਸ ਕਲੈਕਸ਼ਨ ਚਾਹੀਦਾ ਸੀ ਹੁਣ ਤੁਹਾਨੂੰ ਦੱਸਾਂ ਕਿ ਇਹ ਫਿਲਮ ਦੇ ਬਾਰੇ ਇੰਟਰਨੈਸ਼ਨਲ ਮਾਰਕੀਟ ਦੀ ਗੱਲ ਕਰਾਂ ਤੁਹਾਨੂੰ ਦੱਸਾਂ ਕਿ ਮਸਤਾਨੇ ਫਿਲਮ 32 ਕੰਟਰੀ ਦੇ ਅੰਦਰ ਜਿਹੜੀ ਨਾ ਰਿਲੀਜ਼ ਕੀਤੀ ਗਈ ਸੀ ਯਕਮੋਸ਼ ਤੇ ਯਾਨੀ ਕਿ 25 ਅਗਸਤ 2023 ਨੂੰ ਵਰਲਡ ਵਾਈਡ ਰਿਲੀਜ਼ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਇੱਕ ਅਵਾਰਡ ਸੀ ਕਿ 10 ਸਤੰਬਰ 2023 ਨੂੰ ਸਾਊਥ ਕੋਰੀਆ ਦੇ ਅੰਦਰ ਇਹ ਫਿਲਮ ਰਿਲੀਜ਼ ਹੋ ਰਹੀ ਔਰ ਪਾਕਿਸਤਾਨ ਦੇ ਅੰਦਰ ਵੀ ਕੋਈ ਰਿਲੀਜ਼ ਹੋਣ ਦੇ ਚਾਂਸਿਸ ਹੈ ਨੇ ਤੁਹਾਨੂੰ ਮੈਂ ਕਨਫਰਮ ਦੱਸ ਦਿਆਂ ਸਾਊਥ ਕੋਰੀਆ ਦੇ ਉਸ ਤੋਂ ਅੱਗੇ ਕੋਈ ਲੇਟੈਸਟ ਅਪਡੇਟ ਨਹੀਂ ਹੈ ਕਿ ਇਹ ਫਿਲਮ ਰਿਲੀਜ਼ ਹੋਈ ਵੀ ਹੈ ਕਿ ਨਹੀਂ ਇਸ ਦਾ ਬਾਕਸ ਆਫਿਸ ਕਲੈਕਸ਼ਨ ਤੇ ਮੈਂ ਤੁਹਾਨੂੰ ਬਾਅਦ ਦੱਸਾਂਗਾ ਜਦੋਂ ਇਹ ਪਤਾ ਚੱਲੇਗਾ ਕਿ ਰਿਲੀਜ਼ ਹੋਈ ਹੈ ਕਿ ਨਹੀਂ ਤੇ ਅਗਰ ਪਾਕਿਸਤਾਨ ਦੀ ਮੈਂ ਗੱਲ ਕਰਾਂ ਤੇ ਪਾਕਿਸਤਾਨ ਦੇ ਵਿੱਚ ਫਿਲਮ ਦੇ ਬਿਲਕੁਲ ਪੋਸਟਰ ਹਰ ਸਿਨੇਮੇ ਦੇ ਅੰਦਰ ਮੌਜੂਦ ਨੇ ਔਰ ਕਮਿੰਗ ਸੂਨ ਦੇ ਪੋਸਟਰ ਲੱਗੇ ਹੋਣ ਯਾਨੀ ਕਿ ਕਨਫਰਮ ਡੇਟ ਹਜੇ ਤੱਕ ਪਾਕਿਸਤਾਨ ਦੇ ਅੰਦਰ ਨਹੀਂ ਹੈ ਮਿਲੀ ਇਹ ਪਾਕਿਸਤਾਨ ਦੇ ਅੰਦਰ ਕਦੋਂ ਫਿਲਮ ਮਸਤਾਨੇ ਰਿਲੀਜ਼ ਕੀਤੀ ਜਾਏਗੀ ਤੇ ਮਿਲਣੇ ਕਿਸੇ ਅਗਲੀ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਆਪਣਾ ਬਹੁਤ ਬਹੁਤ ਖਿਆਲ ਰੱਖਿਓ।